Good morning, students. Welcome on my channel, Ravi Kumar. In today's video, I am going to share the general training exam which was held on 19 Jan 2019 in India. Task 2. The statement is, more and more people are buying cooked food from market instead of cooking themselves. What are the advantages and disadvantages of this new development? This is the task 2 of general training on 19 Jan. What is the meaning? We zyada to zyada log jehda ready made food hai, cooked food ਆ ਰੈਡੀਮੇਡ ਪ੍ਰਪੇਅਰਡ ਫੂਡ ਕੁਕਡ ਫੂਡ ਨੂੰ ਤੁਸੀਂ ਲਿਖ ਸਕਦੇ ਸੀ ਪ੍ਰਪੇਅਰਡ ਫੂਡ ਉਹ ਯੂਜ਼ ਕਰ ਰਹੇ ਨੇ ਮਤਲਬ ਖੁਦ ਪ੍ਰਪੇਅਰ ਕਰਨ ਦੀ ਬਜਾਏ ਉਹਨਾਂ ਨੂੰ ਦੈਨ ਇਹਦੇ ਕੀ ਐਡਵਾਂਟੇਜਸ ਨੇ ਦੈਨ ਕੀ ਡਿਸਐਡਵਾਂਟੇਜ ਦ ਸਟਰਕਚਰ ਆਫ ਦ ਐਸੇ ਇਜ਼ ਇੰਟਰੋ ਦੈਨ ਬੀਪੀ 1 ਵਿਚ ਵਾਸ ਰਿਲੇਟਡ ਟੂ ਹੋਣਾ ਸੀ ਤੁਹਾਡਾ ਇਹ ਅਕੋਰਡਿੰਗ ਟੂ advantages. What are the advantages you have to mention in BP 1 and BP 2? Body paragraph 2 the which to see you have to mention the disadvantages. What are the disadvantages to see? Ethe two advantages mention kar sakde ho with example and two disadvantages mention kar sakde ho with example which was sufficient ਹੋਣੀਆਂ ਸੀਗੀਆਂ ਤੁਹਾਡੀਆਂ ਇਹ ਸਫੀਸ਼ੀਐਂਟ ਹੋਣੀਆਂ ਸੀ ਪਰ 7.5 ਬੈਂਡ ਬਾਏ ਯੂਜਿੰਗ ਰੇਂਜ ਆਫ ਵੋਕੈਬਲਰੀ ਵਰਡਸ ਇੱਕ ਵੀ ਮੈਂਸ਼ਨ ਕਰ ਸਕਦੇ ਹੋ ਬਟ ਉਹ ਇੱਕ ਐਡਵਾਂਟੇਜਸ ਅਤੇ ਇੱਕ ਡਿਸਐਡਵਾਂਟ ਇੰਨੀ ਸੋਲਿਡ ਹੋਣੀ ਚਾਹੀਦੀ ਹੈ ਉਹਨੂੰ ਤੁਹਾਨੂੰ ਪ੍ਰੋਪਰ ਐਵੀਡੈਂਸ ਪ੍ਰੋਪਰ ਸਪੋਰਟਿੰਗ ਆਈਡੀਆਜ਼ ਵਿਦ ਐਗਜ਼ਾਮਪਲ ਤੁਸੀਂ ਮੈਂਸ਼ਨ ਕਰਨਾ ਸੀਗਾ ਦੈਨ ਯੂ ਕੈਨ ਸਕੋਰ 7+ ਬੈਂਡ ਈਜ਼ੀਲੀ ਮਤਲਬ ਸਮਟਾਈਮ ਜੇ ਅਗਰ ਆਪਣਾ ਆਈਡੀਆ ਇੰਨਾ ਸੋਲਿਡ ਨਹੀਂ ਜਾਂ ਉਹਦੀ ਐਲੈਬੋਰੇਸ਼ਨ ਇੰਨੀ ਅੱਛੀ ਨਹੀਂ ਹੈਗੀ ਦੈਨ ਯੂ ਕੈਨ ਮੈਂਸ਼ਨ ਸੈਕਿੰਡ ਆਈਡੀਆ ਆਪਾਂ ਸਮਟਾਈਮ ਸੋਚਦੇ ਹਾਂ ਵੀ ਆਈਡੀਆਜ਼ ਇਫੈਕਟ ਨਹੀਂ ਕਰਦੇ ਐਕਚੁਅਲੀ ਤੁਹਾਡੀ ਹਾਊ ਟੂ ਯੂਜ਼ ਤੁਸੀਂ ਉਹਨੂੰ ਯੂਜ਼ ਕਿਵੇਂ ਕਰ ਰਹੇ ਹੋ ਆਈਡੀਆ ਨੂੰ ਕਿੱਦਾਂ ਉਹਨੂੰ ਅਲੈਬੋਰੇਟ ਕਰ ਰਹੇ ਹੋ ਬਾਈ ਯੂਜ਼ਿੰਗ ਰੇਂਜ ਆਫ ਵੋਕੈਬਲਰੀ ਵਰਡਸ ਰੇਂਜ ਆਫ ਸੈਂਟੈਂਸਿਸ ਯੂਅਰ ਵੇ ਆਫ ਐਕਸਪ੍ਰੈਸਿੰਗ ਯੂਅਰ ਨੌਲੇਜ ਯੂਅਰ ਥੋਟ ਤੁਸੀਂ ਕਿਸੇ ਨੂੰ ਕਿੱਦਾਂ ਗੱਲ ਸਮਝਾ ਰਹੇ ਹੋ ਕਲੀਅਰ ਵੇ ਦੇ ਵਿੱਚ ਕਲੈਰਿਟੀ ਹੋਣੀ ਚਾਹੀਦੀ ਹੈ ਯੂਅਰ ਐਸੇਜ ਦੇ ਵਿੱਚ ਦੈਨ ਕੰਕਲੂਜ਼ਨ ਦੇ ਵਿੱਚ ਜਾਣਾ ਸੀ ਤੁਸੀਂ ਫੋਰਥ BP which was related to conclusion then ਉੱਥੇ ਤੁਸੀਂ advantage ਅਤੇ disadvantages ਨੂੰ ਦੁਬਾਰਾ reiterate ਕਰ ਦੇਣਾ ਸੀ so this was the structure of this essay ਬਹੁਤ ਹੀ ਈਜ਼ੀ ਸੀ ਸਿੰਪਲ ਸੀਗਾ so ਤੁਸੀਂ ਉਹਨਾਂ ਨੂੰ ਮਤਲਬ mention ਕਰ ਸਕਦੇ ਹੋ so thank you so much this was the real task of 19 Jan of GT thank you so much welcome on my channel Ravi Kumar and please hit the subscribe button if you want new notifications related to this press the bell icon also thank you so much